ਹਲੋ ਦੋਸਤੋ ਲਾਸਟ ਲੈਕਚਰਸ ਦੇ ਵਿੱਚ ਆਪਾਂ ਜਿਹੜੀ ਗੱਲ ਕੀਤੀ ਸੀ ਕੁਐਸਚਨਸ ਦੀ ਕੁਆਡਰੈਟਿਕ ਦੋ ਘਾਤੀ ਆਪਣੇ ਕੋਲੇ ਬੋਪਦ ਹੁੰਦਾ ਸੀ ਇੱਥੇ ਜਾਂ ਅਨਡਰ ਰੂਟ ਹੁੰਦਾ ਆਪਾਂ ਇਹਦੀ ਗੱਲ ਕੀਤੀ ਸੀ ਕੀ ਕਰਦੇ ਸੀ ਇਹਨੂੰ ਆਪਾਂ ਪਰਫੈਕਟ ਸਕਰ ਬਣਾ ਕੇ ਕੁਐਸਚਨ ਨੂੰ ਸਿੰਪਲੀਫਾਈ ਕਰਦੇ ਸੀ ਅੱਜ ਜਿਹੜੇ ਆਪਾਂ ਫਾਰਮੈਟ ਤੇ ਗੱਲ ਕਰਨੀ ਹੈ ਉੱਪਰ ਆਪਾਂ ਨੂੰ ਇੱਕ ਲੀਨੀਅਰ ਦਿੱਤਾ نیچے ਕੁਆਡਰੈਟਿਕ ਹੋਊਗਾ ਯਾ ਅੰਡਰੂਟ ਦੇ ਵਿੱਚ ਕੁਆਡਰੈਟਿਕ ਹੋਊਗਾ ਆਪਾਂ ਨੂੰ ਅੱਜ ਇਸ ਫਾਰਮੈਟ ਤੇ ਗੱਲ ਕਰਨੀ ਹੈ ਇੱਕ ਸਿਰਫ ਸਟੈਪ ਵਧਾਤਾ ਅੰਸ਼ ਦੇ ਵਿੱਚ ਆਪਾਂ ਨੂੰ ਲੀਨੀਅਰ ਦੇ ਦੇਣਗੇ ਤਾਂ ਕਰਾਂਗੇ ਕੀ ਅਸਲ ਦੇ ਵਿੱਚ ਆਪਾਂ ਆਪਣਾ ਜੋ ਟਾਰਗੇਟ ਹੁੰਦਾ ਨਾ ਜਿਹੜਾ ਇਹ ਲੀਨੀਅਰ ਹੈ ਅੰਸ਼ ਦੇ ਵਿੱਚ ਪਹਿਲਾਂ ਆਪਾਂ ਕਿ ਲੇਆਉਟ ਤਿਆਰ ਕਰਦੇ ਆਪਾਂ ਕਰਨਾ ਕੀ ਹੈ ਜਿਹੜਾ ਇਹ ਅੰਸ਼ ਦੇ ਚ ਲੀਨੀਅਰ ਹੈ ਉਹਨੂੰ ਆਪਾਂ ਇਸ ਕੁਆਡਰੈਟਿਕ ਦੇ ਡੈਰੀਵੇਟਿਵ ਦੇ ਰੂਪ ਚ ਲੈ ਕੇ ਆਨੇ ਆਂ सीधी जी गल इत डविटी के रूप एडजस्ट करा बड़े मैथड ने बुक केोल्व करोर्ट मैथड पर मैं गल करूंगा आप एक क्वेश्चन लेके चल हैं, समझाने दे लिए क्वेश्चन है एक्स डी एक्स अपॉन एक्स दो माइनस पांच एक्स प्लस छे ठीक हूँ प्रॉब्लम की है तो दिमाग ये कि जो आप एक्स स्केयर रिपलेस कर दी मैं पहला उस गल करना मान लो तोड़े हाँ दिमाग च यह आ गया कि मैं एक्सके रिपलेस करता एक्स खत्म हो जाओ आप ट्राई हैं दो एक्स डी एक्स बराबर है डी यूद अकॉर्डिंग आता हो गया डी यू बाय टू आ यू हो गया पर आसता करोंगे कला एक्स तो अंडर डी यू बन गया पर हूँ ये सॉल्व ही नहीं हों मतलब इतने रिपलेसमेंट नहीं होंगे वो तू फोर पावर चल रहे से अपने को ਹੁਣ ਇਹ ਕੀ ਹੋਊਗਾ ਆਪਾਂ ਕੀ ਕਰਾਂਗੇ ਇਸ ਐਕਸ ਨੂੰ ਇਸ ਦਾ ਡੈਰੀਵੇਟਿਵ ਦੇ ਫਾਰਮੈਟ ਦੇ ਵਿੱਚ ਲੈ ਕੇ ਆਵਾਂਗੇ ਜੋ ਹਰ ਦੇ ਵਿੱਚ ਟਰਮ ਪਈ ਹੈ ਇਹਦਾ ਡੈਰੀਵੇਟਿਵ ਕੀ ਹੈ 2x 5 ਤਾਂ ਆਪਾਂ ਕੀ ਕਰਨਾ ਹੈ ਹੁਣ ਕੋਈ ਨਾ ਕੋਈ ਅਡਜਸਟਮੈਂਟ ਕਰਕੇ ਇਸ ਐਕਸ ਨੂੰ ਆ ਬਣਾਣਾ ਸਭ ਤੋਂ ਵਧੀਆ ਤਰੀਕਾ ਦਾਸਦਾ ਮੈਂ x ਹੈ ਨਾ 1/ 2 ਚਾਹੀਦਾ ਹੈ 2 ਚਾਹੀਦਾ ਤਾਂ 2 ਦੇ ਨਾਲ ਗੁਣਾ ਤੇ ਵੰਡ ਲਓ ਜੀ ਪਹਿਲਾ ਕੰਮ ਹੋ ਗਿਆ 2 ਆ ਗਿਆ ਪਹਿਲਾ ਮਲਟੀਪਲ ਚੈੱਕ ਕਰਿਆ ਕਰੋ ਉਹਦਾ ਗੁਣਾ ਤੇ ਵੰਡ ਕਰਿਆ ਕਰੋ ਹੋ ਗਿਆ ਹੁਣ -5 ਚਾਹੀਦਾ ਤਾਂ -5 5 ਦੇਖੋ ਪਹਿਲਾਂ 2x ਚਾਹੀਦਾ ਸੀ 2 ਨਾਲ ਗੁਣਾ ਤੇ ਵੰਡ ਫਿਰ -5 ਚਾਹੀਦਾ ਸੀ 5 ਤੇ ਤਾਂ ਇਹਨੂੰ ਜਦੋਂ ਸਿੰਪਲੀਫਾਈ ਕੀਤਾ ਆ ਬਣ ਗਿਆ फिर की लिखे आप देखो न्यूमीनेटर अंश अपने को ले की बन गया आह ब्रैकेट्स खोलती मैंने एक खोलती, एक खोलती एकदलती खोलती आ गया ठीक एक एग्जाम्पल मैं होर ले रहे पैरल समझाने लाई एक्स डी एक्स एक्स स्केर प्लस एक्स माइनस एक ਠੀਕ ਹੁਣ ਇਹਦਾ ਜਿਹੜਾ ਡੈਰੀਵੇਟਿਵ ਹੈ ਕੀ ਹੋਣਾ 2x 1 ਤਾਂ x ਨੂੰ ਆਪਾਂ 2x 1 ਦੇ ਰੂਪ ਚ ਬਦਲਣਾ ਹੈ ਠੀਕ ਪਹਿਲਾਂ ਆ ਦੋ ਨੂੰ ਦੇਖੋ ਦੋ ਨਾਲ ਗੁਣਾ ਤੇ ਵੰਡ ਲਓ ਜੀ ਪਹਿਲਾਂ 2x ਆ ਗਿਆ ਹੁਣ +1 ਚਾਹੀਦਾ 1/2 ਤਾਂ ਬਾਹਰ ਕਰਤਾ 1 ਵਾਰ +1 ਕਰਤਾ 1 ਵਾਰ ਮਾਈਨਸ ਕਰਤਾ ਠੀਕ ਬ੍ਰੈਕਟਸ ਖੋਲ ਲਿਆ 1/2 2x+1 ਫਿਰ ਉਹਦੇ ਉਹਦੇ ਨਾਲ ਕਿੱਥੀ ਤਾਂ x ਨੂੰ ਜਦੋਂ ਸੋਲਵ ਕੀਤਾ ਕਨਵਰਟ ਕੀਤਾ ਮੋਡੀਫਾਈ ਕੀਤਾ ਆ ਬਣ ਗਿਆ ਤਾਂ i ਦਾ ਜੋ ਨਿਊਮਰੇਟਰ ਬਣ ਗਿਆ ਹੁਣ ਅੰਸ਼ ਬਣ ਗਿਆ ਉਹ ਆਪਣੇ ਕੋਲੇ ਆ ਪਾ ਬਣ ਗਿਆ ਆ ਇੱਕ ਸਟੈਪ ਦਾ ਬੜਾ ਬਸ ਇੰਪੋਰਟੈਂਟ ਧਿਆਨ ਰੱਖਣਾ ਹੈ ਬਾਕੀ ਇਸ ਤੋਂ ਬਾਅਦ ਆਪਣਾ ਪਿਛਲਾ ਫਾਰਮੈਟ ਹੀ ਚੱਲੂ ਜੋ ਆਪਾਂ ਹੁਣ ਤੱਕ ਕਰਦੇ ਆ ਰਹੇ ਹਾਂ ਸਿਰਫ ਇੱਕ ਨਵਾਂ ਸਟੈਪ ਇੰਟਰੋਡਿਊਸ ਹੋ ਗਿਆ ਤਾਂ ਇਸ ਤੋਂ ਬਾਅਦ ਕੀ ਕਰਾਂਗੇ ਇਹਨੂੰ ਸੈਪਰੇਟ ਕਰਾਂਗੇ 1/2 ਆ ਅਲੱਗ ਹੋ ਗਿਆ ਹਾਲਾਖ ਹੋ ਗਿਆ ਇਹਨੂੰ ਇਹਦੇ ਨਾਲ ਬ੍ਰੇਕ ਕਰਤਾ ਇਹਨੂੰ ਇਹਦੇ ਨਾਲ ਬ੍ਰੇਕ ਕਰਤਾ ਠੀਕ ਇਸ ਤੋਂ ਬਾਅਦ ਮੈਂ ਹੁਣ ਰੱਬ ਕਰ ਰਿਹਾ ਕਿਉਂਕਿ ਉਹ ਆਪ ਇੱਕ ਸਮਝਾਣ ਨਹੀਂ ਕੀਤਾ ਸੀ ਆਫਟਰ ਥੈਟ ਕਿਉਂਕਿ ਮੇਨ ਕੁਐਸਚਨ ਹੈ ਨਾ ਵੱਡਾ ਕੁਐਸਚਨ ਹੈ ਇੱਕ ਨੂੰ ਆਪਾਂ I1 ਲਿਖ ਲਓ ਇੱਕ ਨੂੰ ਆਪਾਂ I2 ਲਿਖ ਲਿਆ आई वन आ रहा हूँ आपटिव इतना बनाया तो यह आ डेरावेटिव आने सबस्टिट्यूशन वेरी फर्स्ट एक्सरसाइज बन गई पुट डेनोमीनेटर हर नू यू पुट करता तो डेरावेटिव हो गया दो एक्स माइनस पांच डी एक्स बराबर है डी यू बन गया है। एक वटा दो यू बटा यू एक वटा दो लॉग यू प्लस सी वन लिख रहे हैं क्योंकि दो इंटाग्रेट है ना इत यू अपने को एक्स स्केर माइनस पांच एक्स प्लस छह प्लस सी वन ए हो गया पहला स्टेप दूसरा यह कि स्टेप बन गया देखो ध्यान ਜਿਹੜਾ ਆਪਣਾ ਪਿਛਲਾ ਲੈਕਚਰ ਹੈ ਜੀਚ ਆਪਾਂ ਪਰਫੈਕਟ ਸਕੁਅਰ ਦੀ ਗੱਲ ਕੀਤੀ ਸੀ ਤਾਂ ਹੁਣ ਇਹਦਾ ਆਪਾਂ ਪਰਫੈਕਟ ਸਕੁਅਰ ਬਿਲਕੁਲ ਕੁਸ਼ਚਨ ਦੇਖੋ ਕਿੰਨਾ ਲੈਂਥੀ ਮੰਗਿਆ ਸਬਸਟੀਟਿਊਸ਼ਨ ਵੀ ਆ ਗਿਆ ਪਰਫੈਕਟ ਸਕੁਅਰ ਵੀ ਆ ਗਿਆ ਇਨਵਰਸ ਵਾਲੇ ਫਾਰਮੂਲੇ ਵੀ ਆ ਗਏ ਅਡਜਸਟਮੈਂਟ ਵੀ ਆ ਗਈ ਤਾਂ ਇਹ ਕੁਸ਼ਚਨ ਆਏ ਵਨ ਬਾਈ ਵਨ ਸਟੈਪ ਵਧਦੇ ਜਾਂਦੇ ਆ ਇਹਨੂੰ ਪਰਫੈਕਟ ਸਕੁਅਰ ਬਣਾਵਾਂਗੇ ਆਪਾਂ ਆਹੀ ਕਰਦੇ ਸੀ x ਦੇ ਕੋਫੀਸ਼ੀਐਂਟ ਦਾ ਹਾਫ ਮਾਈਨਸ 5 ਦਾ ਅੱਧਾ -5/2 ਦਾ ਸਕੁਅਰ ਇੱਥੇ ਪਲੱਸ ਕੀਤਾ ਇੱਥੇ ਆਪਾਂ ਮਾਈਨਸ ਕੀਤਾ ਇਹ ਬਣ ਗਿਆ x 5/2 ਦਾ ਸਕੁਅਰ ਇਹਨੂੰ ਜਦੋਂ ਸੋਲਵ ਕਰਾਂਗੇ ਇਹ ਬਣ ਜੂ -1/4 ਆਪਾਂ ਡਾਇਰੈਕਟ ਲਿਖ ਰਹੇ ਹਾਂ ਇਸ ਨੂੰ ਠੀਕ ਤਾਂ ਫਿਰ ਤਾਂ ਫਿਰ ਇਹ ਆ ਗਿਆ ਆਪਣੇ ਕੋਲੇ 5/2 dx/ एक्स माइनस पं वो दकेयर एक वटे चार हो गया एक वटे दोेयर तो यह फॉरमेट बन गया एक्स स्केयर माइनस ए स्केयर एक वटा दो लॉग एक्स जो बेस है एक्स का माइनस ए एक्स द बेस प्लस ए प्लस सी टू क्योंकि आपने सी वन लिख लिया दो कट गया पं वटा दो लॉक इन एलसीयम लैके सॉल्व करोंगे तीन बन जू ए अपने दो बन जू सी टू हूँ आई बराबर है आई वन प्लस आई टू सी अपने आई वन अपने को वटा दो लॉग एक्स स्केर माइनस पांच एक्स प्लस छे प्लस सी वन एक पांच वटा दो लॉग एक्स माइनस थ्री एक्स माइनस टू प्लस सी टू क्योंकि आने कॉन्सटेंट ने तो आंसर की होगा आह प्लस आह प्लस, प्लस सी क्योंकि कॉन्सटेंट जगह पर आपे सी लिखा जा सकता है तो देखो एक, एक फॉर्मेट है जिस पर आप गल करते हैं होर एग्जाम्पल्स लेके चल चलते हैं थोड़ी जी क्योंकि एक लेंथी टॉपिक है एक लेंथी क्वेश्चन है नैक्सट एग्जाम्पल देखो होरते गल करते आई बराबर एक्स प्लस दो, दो एक्स स्केर प्लस छे एक्स प्लस एक्स ਲਿਨੀਅਰ ਆਪਣੇ ਕੋਲੇ ਉੱਪਰ ਜੋ ਕਨਸਟੈਂਟ ਉੱਪਰ ਪਿਆ ਐ x+2 ਪਿਆ ਇਹਦਾ ਡੈਰੀਵੇਟਿਵ ਕੀ ਆ ਗਿਆ 4x+6 ਤਾਂ ਆਪਾਂ ਇਹਨੂੰ ਇਸ ਫਾਰਮੈਟ 'ਚ ਲੈ ਕੇ ਜਾਣਾ ਹੈ 4x+6 ਦੇ ਫਾਰਮੈਟ 'ਚ ਆਪਾਂ ਲੈ ਕੇ ਜਾਣਾ ਹੈ ਸਭ ਤੋਂ ਪਹਿਲਾਂ 4 ਇਹਨੂੰ ਦੇਖੋ 4 ਨਾਲ ਗੁਣਾ 4 ਨਾਲ ਵੰਡ ਤਾਂ ਸਾਰੇ ਨਾਲ ਹੋਊਗੀ ਮਲਟੀਪਲਾਈ ਧਿਆਨ ਰੱਖਣੀ ਆ 4 ਨਾਲ ਵੰਡ ਕਰਤੀ 4 ਨਾਲ ਗੁਣਾ ਕਰਤੀ ਅੱਗੇ +6 ਚਾਹੀਦਾ ਐ ਇਹਨੂੰ ਬ੍ਰੇਕ ਕਰ ਸਕਦੇ ਹੋ ਪਲੱਸ 6 ਪਲੱਸ 2 ਅਲੱਗ ਅਲੱਗ ਕਰਤਾ ਨਾ ਹੁਣ ਜੋ ਚਾਹੀਦਾ ਉਹਦੇ ਅਕੋਰਡਿੰਗ ਇਹਨੂੰ ਸੈਪਰੇਟ ਕਰ ਦੋ ਆ ਆਪਣੇ ਕੋਲੇ ਬਣ ਗਿਆ ਤਾਂ ਅੰਸ਼ ਕੀ ਬਣ ਗਿਆ 1 ਵਟਾ 4 4x 6 1 ਵਟਾ 2 ਵਟਾ 2x 6x 5 dx ਸੈਪਰੇਟ ਅਲੱਗ ਅਲੱਗ ਕਰ ਦੋ ਪਿਛਲਾ ਸਟੈਪ ਸੇਮ ਬਣ ਗਿਆ ਪਿਛਲਾ ਕਨਸੈਪਟ ਆਪਣਾ आ हो गया हूं आ हो गया आई वन ए लिख लो आई टू पहला आई वन सोल्व कर बिल्कुल सेम लेआउट बन गया एक देखो सिस्टम दे विच के चल रहे दे, अगर तुम कहो रट्टा नहीं बजना इस दे विच, हम ए डेरिवेटिव उपर पे है, पुट यू चार एक्स प्लस छे डी एक्स बराबर है डी यू तो यह आ गया एक वटा चार डी यू बाई यू एक वटा चार लॉन्ग यू प्लस सी वन यू अपने को ले आ रहा एक हो गया आई वन गया आई वन आई टू अपने को ले आ है dx 2x2 6x 5 ਕਰੀਏ ਸਿੰਪਲੀਫਾਈ ਕਿਉਂਕਿ ਉੱਪਰ ਕਨਸਟੈਂਟ ਹੈ ਤਾਂ ਆਪਾਂ ਇਹਨੂੰ ਪਰਫੈਕਟ ਸਕੁਅਰ ਬਣਾ ਕੇ ਸੋਲਵ ਕਰਾਂਗੇ 2 ਸਾਂਝਾ ਕੱਢਿਆ ਇੱਥੇ ਬਚ ਗਿਆ 3 ਇਹ ਹੋ ਗਿਆ 5/2 ਹੁਣ ਕੀ ਕਰਾਂਗੇ ਪਰਫੈਕਟ ਸਕੁਅਰ x ਦਾ ਕੋਫੀਸ਼ੀਐਂਟ ਦਾ ਹਾਫ 3/2 ਉਹਦਾ ਸਕੁਅਰ ਜੋੜਤਾ ਤੇ ਉਹਦੇ ਸਕੁਅਰ ਦੀ ਕੀ ਕਰਤੀ ਮਾਈਨਸ ਕਰਤੀ ਤਾਂ ਸੌਲ ਕੀਤਾ ਆਪਣੇ ਕੋਲੇ ਕੀ ਬਚ ਗਿਆ ਇੱਕ ਤਾਂ ਆ ਬਚ ਗਿਆ ਇਹ ਹੋ ਗਿਆ 5/2 9/4 ਇਹ ਹੋ ਗਿਆ ਆਹਾ 1/4 ਜਦੋਂ ਇਹਨੂੰ ਸਿੰਪਲੀਫਾਈ ਕਰੋਗੇ ਐਲਸੀਐਮ ਲਾਓਗੇ ਆ ਬਨਜੂ ਤਾਂ ਦੇਖੋ 2 ਇੱਥੋਂ ਸਾਂਝਾ ਨਿਕਲਿਆ 2 ਇੱਥੇ ਪਿਆ ਤਾਂ 1/2 2 1/4 ਉਸ ਤੋਂ ਬਾਅਦ ਕੀ ਬਚ ਗਿਆ एक्स प्लस तीन वटा दो दोेयर प्लस एक वटे चार का मतलब प्लस एक वटा दो यही बनया ना ये फॉर्मूला बन गया एक्स स्केयर प्लस ए स्केर का फॉर्मेट एक वटा ए टैन इनवर्स एक्स बाय ए प्लस सी टू दो वटा टैन इनवर्स एलसीएम जो लिया तो आ गया तो हम आई की हो गया आई वन आह प्लस आह जिथेसी वन से सी टू आप प्लस करके C लिख सकते हैं तो ता इस टाइप के अपने को क्वेश्चन है जो एग्जाम बड़े स्कोरिंग क्वेश्चन है लेंथी क्वेश्चन आते हैं इसे अगर मैं सबस्टिट्यूशन ट्रैक से लेकर चलना देखो ध्यान दू क्वेश्चन है एक साइन टू एक्स माइनस कॉस एक्स अपॉन सिक्स माइनस कोसकेयर एक्स माइनस फोर साइन एक्स पी एक्स यू कि सॉल्व करिए हूँ बड़ा इंपॉर्टेंट क्वेश्चन आ गया इसे अगर सब पार्ट बन गया लेआउट बन गया सब तो पहली कंडीशन ट्रिग्नोमैट्रिक एंगल देखा करो आ लो इतने दो एक्स पे है तो सब तो पहला एंगल सेम करो आप पता है साइन टू एक्स होंगे टू साइन एक्स कॉस एक्स ਇਹ ਤੇ ਨਹੀਂ ਸਮਝ ਆ ਰਿਹਾ ਮੈਂ ਇਹ ਨੂੰ ਪਰ ਐਜ਼ ਇਟ ਇਜ਼ ਛੱਡ ਰਿਹਾ ਐਕਸਟਰਾ ਵੱਧ ਲਿਖ ਲਾਂਗੇ ਪਰ ਕਨਸੈਪਟ ਤੇ ਡਿਸਕਸ ਕਰਦੇ ਆ ਕਨਸੈਪਟ ਬਨ ਕੇ ਰਹਿ ਹੈ ਉੱਪਰੋਂ ਦੇਖੋ ਸਾਂਝਾ cos x ਸਾਂਝਾ ਆ ਗਿਆ ਆ ਹੋ ਗਿਆ ਉਹਨੇ ਦੇ ਨਾਲ ਆ ਗਿਆ cos x ਕਿਸ ਦਾ ਡੈਰੀਵੇਟਿਵ ਹੈ ਜਾਂ cos x ਦਾ ਇੰਟੀਗ੍ਰੇਸ਼ਨ sin x तो एक क्लीयर है इतना साइन एक्स रिपलेस होगा पहली गल अगर साइन एक्स रिपलेस होगा तो यह भी एडजस्ट होगा क्योंकि कोस तो खत्म ही करता ठीक हो ना गल कॉमन डी एक्स है ना कॉस एक्स आ गया कॉस एक्स एक्चुअली कि डैरावेटिव है साइन का डेरावेटिव है तो उसे साइन रिपलेस होगा जो आप साइन रिपलेस किया देखो अपने को बन गया हूँ ए हो गया टू यू माइनस वन आ बन गया डी यू सिक्स माइनस उदे कॉस से आपन च बनाया माइनस फोर यू तो सिंपलीफाई करा छ माइनस एक प्लस यूस्केयर माइनस फोर यू डी यू तो ए हो गया टू यू माइनस वन यूस्केयर माइनस फोर यू प्लस फाइव डी यू ਇਹ ਬਣ ਗਿਆ ਕੁਐਸਚਨ ਐਸੇ ਟਾਈਪ ਦੇ ਵਿੱਚ ਉੱਪਰ ਲੀਨੀਅਰ ਆ ਗਈ ਡੈਰੀਵੇਟਿਵ ਬਣਾ ਕੇ ਆਪਾਂ ਉਹਨੂੰ ਕੀ ਕਰਾਂਗੇ ਸੋਲਵ ਕਰਾਂਗੇ ਤਾਂ ਇਹਨਾਂ ਨੇ ਅਸਲ 'ਚ ਕੀ ਕੀਤਾ ਆਪਾਂ ਇੱਥੇ ਟਾਪਿਕ ਉਹ ਹੀ ਲੈ ਆ ਉਹਨੂੰ ਅੱਗੇ ਆਪਾਂ ਸਬਸਟੀਟਿਊਸ਼ਨ ਮੋਡ ਦੇ ਵਿੱਚ ਲੈ ਗਏ ਕਿ ਉਹਨੂੰ ਆਪਾਂ ਕਿਵੇਂ ਸਿੰਪਲੀਫਾਈ ਕਰ ਸਕਦੇ ਹਾਂ ਹੁਣੇ ਉਦੋਂ ਬਾਅਦ ਉਵੇਂ ਹੀ ਕਰਾਂਗੇ ਜਿਵੇਂ ਆਪਾਂ ਆਲਰੇਡੀ ਬਾਕੀ ਕੁਐਸਚਨਾਂ 'ਚ ਹੈ ਇਹਦਾ ਡੈਰੀਵੇਟਿਵ ਬਣਾਵਾਂਗੇ ਸਪਲਿਟ ਕਰਕੇ ਉਹਨੂੰ ਕੀ ਕਰਾਂਗੇ ਸੋਲਵ ਕਰਾਂਗੇ ਨੈਕਸਟ ਕੁਐਸਚਨ ਦੇਖੋ ਇੰਨਾ ਕੁ ਮੈਂ ਤੁਹਾਨੂੰ ਹਿੰਟ ਦੇ ਰਿਹਾ ਤਾਂ ਕਿ ਆਪਾਂ ਸਾਰੇ ਕਵਰ ਕਰ ਸਕੀਏ ਮੇਨ ਕੁਐਸਚਨ ਇਸੇ ਤਰੀਕੇ ਨਾਲ ਤੁਸੀਂ ਹੋਰ ਕਈ ਕੁਐਸਚਨਾਂ ਤੇ ਗੱਲ ਕਰ ਸਕਦੇ ਆ ਆਪਾਂ ਜਿੰਨੇ ਮਰਜ਼ੀ ਕੁਐਸਚਨਾਂ ਨੂੰ ਤੁਸੀਂ ਸੋਲਵ ਕਰ ਸਕਦੇ ਹੋ ਨੈਕਸਟ ਜੋ ਹੁਣ ਆਪਣੇ ਕੋਲ ਹੈ ਇੱਕ ਇਹਦਾ ਹੋਰ ਕੁਐਸਚਨ ਮੈਂ ਲੈ ਰਿਹਾ ਬਹੁਤ ਵਧੀਆ ਕੁਐਸਚਨ ਹੈ i ਬਰਾਬਰ a ਵਟਾ 3e 2x 11ax 10 ਆ ਰਿਹਾ ਪਰ ਪ੍ਰੋਬਲਮ ਹੁਣ ਕੀ ਆ ਗਈ ਇਸ ਸਾਲਵ ਕਿਵੇਂ ਹੋਊਗਾ ਕਿਉਂਕਿ niche exponential function ਆ ਗਏ ਤੇ niche ਆਪਣੇ ਕੋਲੇ x variable ਚਾਹੀਦਾ ਹੈ ਅੱਗੇ ਦਿੱਕਤੇ ਰਿਪਲੇਸ ਵੀ ਨਹੀਂ ਹੋ ਰਿਆ ਕਿਉਂਕਿ e x ਰਿਪਲੇਸ ਕਰਾਂਗੇ ਤਾਂ ਉੱਪਰ ਵੀ ਆਪਾਂ ਨੂੰ e x dx ਚਾਹੀਦਾ ਦੇਖੋ ਅਗਰ ਆਪਾਂ e x ਰਿਪਲੇਸ ਕਰਦੇ ਆ ਤਾਂ ਆਪਾਂ ਨੂੰ dx ਦੇ ਨਾਲ e x ਚਾਹੀਦਾ ਉਹ ਆਪਣੇ ਕੋਲੇ ਹੈ ਨਹੀਂ ਤਾਂ ਇੱਥੇ ਸਮੱਸਿਆ ਸੌ ਖੜੀ ਹੋ ਗਈ ਕਿ ਕੁਐਸਚਨ ਐਕਚੁਅਲੀ ਸੋਲਵ ਕਿਵੇਂ ਹੋਊਗਾ ਤਾਂ ਕੀ ਕਰਾਂਗੇ ਇੱਥੇ ਇੱਕ ਐਡਜਸਟਮੈਂਟ ਹੈ ਇਸੇ ਕਰਕੇ ਮੈਂ ਇਸ ਕੁਐਸਚਨ ਤੇ ਜ਼ੋਰ ਦੇ ਰਿਹਾ ਇਹਦੇ ਵਿੱਚੋਂ ਕੀ ਕਰੋ ਹੁਣ e ਦੀ -2x ਕਾਮਨ ਕੱਢੋ e 2x ਸੌਰੀ ਉਰੇ ਤਿੰਨੇ ਬਚ ਗਿਆ ਇੱਕ ਬਾਹਰ ਹੋ ਗਿਆ ਉਰੇ ਦੋਨੇ ਆ ਹੋ ਗਏ ਠੀਕ ਇਹ ਉੱਪਰ ਸ਼ਿਫਟ ਕੀਤਾ ਥੋੜਾ ਮੈਂ ਆਰਡਰ ਚੇਂਜ ਕਰ ਰਹੇ ਹਾਂ ਤਾਂ ਆ ਆ ਗਿਆ ਆਪਣੇ ਕੋਲੇ ਹੁਣ ਇੱਥੇ ਕੀ ਕਰਾਂਗੇ e ਦੀ -x ਨੂੰ ਰਿਪਲੇਸ ਕਰਾਂਗੇ ਇਹ ਬਹੁਤ ਧਿਆਨ ਨਾਲ ਕਰਨ ਵਾਲਾ ਕੁਐਸਚਨ ਹੈ ਧਿਆਨ ਰੱਖਣਾ ਇੱਥੇ e ਦੀ ਇਹਦਾ ਡੈਰੀਵੇਟਿਵ ਕੀਤਾ ਐਜ਼ ਇਟ ਇਜ਼ -x ਦਾ -dx ਉਰੇ 2x ਹੈ ਹੁਣ ਦੇਖੋ ਇੱਕ ਤਾਂ e ਦੀ -x ਇਹਦੇ ਨਾਲ ਐਡਜਸਟ ਹੋ ਜਾਊਗਾ a ਨੂੰ ਆਪਾਂ ਆ ਲਿਖ ਸਕਦੇ ਹਾਂ ਏ ਆਪਣੇ ਕੋਲੇ ਆ ਆ ਗਿਆ ਹੁਣ ਆਪਣੇ ਕੋਲ ਕੁਐਸਚਨ ਹੋ ਗਿਆ ਦੇਖੋ ਕੀ ਹੋਇਆ ਇਹਨੇ ਤਾਂ ਬਣਾਤਾ ਡੀਓ ਮਾਈਨਸ ਡੀਓ ਐਕਚੁਅਲੀ ਆ ਹੋ ਗਿਆ ਯੂ ਇਹ ਹੋ ਗਿਆ ਯੂ ਸਕੁਅਰ ਅਲੋਜੀ ਤਾਂ ਇਹ ਹੋ ਗਿਆ ਸਿੰਪਲ ਕੁਐਸਚਨ ਇਸ ਤੋਂ ਬਾਅਦ ਇਹਦਾ ਪਰਫੈਕਟ ਸਕੁਅਰ ਬਣਾ ਕੇ ਡੈਰੀਵੇਟਿਵ ਬਣਾ ਕੇ ਆਪਾਂ ਇਹਨੂੰ ਕੀ ਕਰ ਸਕਦੇ ਆ ਸਿੰਪਲੀਫਾਈ ਕਰ ਸਕਦੇ ਆ ਤਾਂ ਦੋਸਤੋ ਇੱਥੇ ਜਿਹੜੀ ਆਪਾਂ ਗੱਲ ਕੀਤੀ ਆ ਆਪਾਂ ਇਹਦੀ ਗੱਲ ਕੀਤੀ ਆ ਫਿਲਹਾਲ ਇਸ ਫਾਰਮੈਟ ਦੇ